ਮਹਿਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਤਕਰੀਬਨ 6 ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਕੀਤੀ। ਇਸ ਵਿੱਚ ਲਗਭਗ 3 ਕੱਪੜੇ ਦੀਆਂ ਦੁਕਾਨਾਂ, 2 ਮਨਿਆਰੀਆਂ ਦੀਆਂ ਅਤੇ ਹੋਰ ਇੱਕ ਦੁਕਾਨ 'ਤੇ ਚੋਰੀ ਕਰਕੇ ਚੋਰ ਬੀਤੀ ਰਾਤ ਫਰਾਰ ਹੋ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਧਰਨਾ ਲਾਇਆ ਅਤੇ ਇਸ ਦੇ ਨਾਲ ਹੀ ਐਸ ਐਚ ਓ ਜਤਿੰਦਰ ਕੁਮਾਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਰਾਂ ਨੂੰ ਛੇਤੀ ਕਾਬੂ ਕੀਤਾ ਜਾਊਗਾ ਅਤੇ ਕਾਰਵਾਈ ਕੀਤੀ ਜਾਊਗੀ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਚੁੱਕਿਆ। ਦੇਖਿਆ ਵਾ ਅਤੇ ਸਾਰਾ ਸ਼ਟਰ ਸ਼ੁਟਰ ਭੰਨਿਆ ਹੋਇਆ ਸੀਗਾ ਅਤੇ ਅੰਦਰ ਜਾ ਕੇ ਦੇਖਿਆ ਅੰਦਰ ਸਮਾਨ ਸਾਰਾ ਖਿਲ ਰਿਹਾ ਹੋਇਆ ਸੀਗਾ। ਅੰਦਾਜ਼ਨ ਕਿੰਨਾ ਕੁ ਨੁਕਸਾਨ ਤੁਹਾਡੇ ਸਾਹਿਬ? ਕੁਛ ਨਹੀਂ ਪਤਾ ਜੀ, ਦੇਖਾਂਗੇ, ਖੋਲ੍ਹਾਂਗੇ ਤਾਂ ਦੇਖਾਂਗੇ ਪਤਾ ਲੱਗ ਜੂਗਾ। ਆਪਾਂ ਜਿਹੜਾ ਮੋਹੀ ਆਊਗਾ ਪੀਸੀਆਰ ਨਹੀਂ ਚੱਲਦਾ ਪਿਆ ਰਾਤ ਨੂੰ, ਕੋਈ ਅਸੀਂ ਰਾਤ ਨੂੰ ਸਮਾਨ ਵੀ ਲੈ ਕੇ ਆਉਂਦੇ ਹਾਂ, ਪੀਸੀਆਰ ਕੋਈ ਨਹੀਂ ਚੱਲਦਾ ਪਿਆ। ਇਸ ਤੋਂ ਬਾਅਦ ਦੁਕਾਨਦਾਰ ਕੀ ਮੰਗ ਸਕਦਾ ਹੈ? ਇਸ ਤੋਂ ਬਾਅਦ ਕੁਛ ਨਹੀਂ ਮੰਗ ਸਕਦਾ। ਅਸੀਂ ਇਹਦੇ ਵਿੱਚ ਸਿਆਸਤ ਨਹੀਂ ਜਾਂਦੇ, ਸਿਆਸਤ ਨਹੀਂ ਜਾਂਦੇ, ਅਸੀਂ ਦੁਕਾਨਾਂ ਬੰਦ ਹੈ, ਸਾਡਾ ਬਹੁਤ ਸਮਰਥਨ ਹੋ ਰਿਹਾ ਦੁਕਾਨਦਾਰਾਂ ਦਾ ਅਤੇ ਦੁਕਾਨਦਾਰ ਸਮਰਥਨ ਕਰਨਾ ਵੀ ਚਾਹੀਦਾ ਜੇ ਅੱਜ ਸਾਡੀ ਵਾਰੀ ਹੈ, ਕੱਲ੍ਹ ਕਿਸੇ ਦੀ ਵਾਰੀ ਵੀ ਆ ਸਕਦੀ ਹੈ। ਇਸ ਕਰਕੇ ਮੇਰੇ ਭਰਾ ਵੀ ਸਾਰੇ ਬੈਠੇ ਹੋਏ ਇੱਥੇ, ਸਾਡਾ ਸਮਰਥਨ ਕਰਦੇ ਪਏ, ਸਾਰਿਆਂ ਨੂੰ ਸਮਰਥਨ ਕਰਨਾ ਵੀ ਚਾਹੀਦਾ। ਇਸ ਕਰਕੇ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ